ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਸਾਰੇ ਪਰਿਵਾਰ ਅਜਿਹੇ ਨੇ, ਬਹੁਤ ਸਾਰੀਆਂ ਭੈਣਾਂ ਅਜਿਹੀਆਂ ਨੇ ਜਿਹਨਾਂ ਨੂੰ ਵਿਆਹ ਕਰਵਾਇਆ, ਕਈ ਸਾਲ ਬੀਤ ਜਾਂਦੇ ਨੇ, ਪਤੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਉਰੇ ਉਹ ਜਿਹੜੀਆਂ ਕਠਿਨਾਈਆਂ ਦੇ ਨਾਲ ਜੂਝਦੀਆਂ ਨੇ, ਕਈ ਵਾਰ ਤਾਂ ਉਹਨਾਂ ਤੇ ਜਿੱਤ ਜਾਂਦੀਆਂ ਨੇ ਤੇ ਕਈ ਵਾਰ ਆਪਣੀਆਂ ਹੀ ਮੁਸ਼ਕਿਲਾਂ ਨਾਲ ਉਹ ਹਾਰ ਜਾਂਦੀਆਂ ਨੇ। ਤੇ ਇੱਕ ਅਜਿਹੀ ਹੀ ਘਟਨਾ ਲੋਹੀਆਂ ਦੇ ਨਾਲ ਲੱਗਦੇ ਹੋਏ ਪਿੰਡ ਰਾਏਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਦੀ ਇੱਕ ਬੀਬੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ, ਜਿਸ ਦੀ ਪਹਿਚਾਣ ਹਰਜਿੰਦਰ ਕੌਰ ਪਤਨੀ ਬਲਜੀਤ ਸਿੰਘ ਦੇ ਰੂਪ ਵਿੱਚ ਕੀਤੀ ਗਈ ਹੈ। ਥਾਣਾ ਲੋਹੀਆਂ ਦੇ ASI ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਹਰਜਿੰਦਰ ਕੌਰ ਦਾ ਵਿਆਹ ਕਰੀਬ 13 ਸਾਲ ਪਹਿਲਾਂ ਬਲਜੀਤ ਸਿੰਘ ਦੇ ਨਾਲ ਹੋਇਆ ਸੀ ਅਤੇ ਬਲਜੀਤ ਸਿੰਘ ਬਾਹਰ ਵਿਦੇਸ਼ ਵਿੱਚ ਰਹਿ ਰਿਹਾ ਹੈ, ਜਿਸ ਦੇ 2 ਬੇਟੇ ਨੇ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ 174 ਦੀ ਕਾਰਵਾਈ ਕਰਦਿਆਂ ਹੋਇਆਂ ਲਾਸ਼ ਨੂੰ ਪੋਸਟਮਾਰਟਮ ਵਾਸਤੇ ਨਕੋਦਰ ਦੇ ਸਿਵਲ ਹਸਪਤਾਲ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਜਿੰਦਰ ਕੌਰ ਸੀ ਲੜਕੀ ਰਾਏਪੁਰ ਗੱਟੀ ਦੀ, ਉੱਥੇ ਮੈਰਿਜ ਹੋਈ ਸੀ ਬਲਜੀਤ ਸਿੰਘ ਦੇ ਨਾਲ, ਉੱਥੇ ਮੈਂ ਫਾਹਾ ਲੈ ਲਿਆ ਪੱਖੇ ਦੇ ਨਾਲ ਲਟਕ ਕੇ। ਤੇ ਸਰ ਕੀ ਕਾਰਵਾਈ ਕਰ ਰਹੇ? ਕਾਰਵਾਈ ਹੁਣ ਪੋਸਟਮਾਰਟਮ ਚੱਲ ਰਿਹਾ ਵਾ, 174 ਦੀ ਕਾਰਵਾਈ ਅਮਲ 'ਚ ਲਿਆਵਾਂਗੇ, ਤਾਂ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਹੋਣਗੇ ਉਹ ਕਾਰਵਾਈ ਆਉਂਦੀ। ਤੇ ਸਰ ਮੈਰਿਜ ਹੋਈ ਨੂੰ ਕਿੰਨਾ ਚਿਰ ਹੋਇਆ ਸੀ? ਮੈਰਿਜ ਹੋਈ ਨੂੰ ਇਹਦੇ 13 ਸਾਲ ਹੋ ਚੁੱਕੇ ਆ, 2 ਬੇਟੇ ਆ ਤੇ ਇਹ ਵੱਡੇ ਬੇਟੇ ਦੀ ਉਮਰ 11 ਸਾਲ ਆ ਤੇ ਛੋਟਾ 5-6 ਸਾਲ। ਸਰ ਕਿਹੜੇ ਥਾਣੇ ਦਾ ਇਹ? ਥਾਣਾ ਲੋਹੀਆਂ। ਤੁਹਾਡਾ ਨਾਮ? ਇਹ SI ਰਜਿੰਦਰ। ਗੁਰੂ ਪਿਆਰਿਓ, ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਮਤਭੇਦ ਰਹਿੰਦੇ ਨੇ, ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਕਲੇਸ਼ ਰਹਿੰਦੇ ਨੇ, ਪਰ ਸਾਨੂੰ ਬਹੁਤ ਸਮਝਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਬੇਸ਼ੱਕ ਅਸੀਂ ਇੱਕ ਔਰਤ ਹੋਣ ਦੇ ਨਾਤੇ ਘਰ ਸਾਂਭ ਰਹੇ ਹੋਈਏ, ਚਾਹੇ ਇੱਕ ਜ਼ਿੰਮੇਵਾਰ ਆਦਮੀ ਹੋਣ ਦੇ ਨਾਤੇ ਬਾਹਰ ਕੰਮ ਕਾਰ ਜਾਂ ਖੇਤੀਬਾੜੀ ਸਾਂਭ ਰਹੇ ਹੋਈਏ, ਪਰ ਆਪਣੇ ਕਿਸੇ ਵੀ ਮਜਬੂਰੀ ਦੇ ਚੱਲਦੇ, ਆਪਣੇ ਕਿਸੇ ਵੀ ਦੁੱਖ ਦੇ ਚੱਲਦੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਨਾਲ ਨਹੀਂ ਖੇਡਣਾ ਚਾਹੀਦਾ, ਕਿਉਂਕਿ ਸਾਡੀ ਜ਼ਿੰਦਗੀ ਦੇ ਨਾਲ ਸਿਰਫ ਸਾਡੀ ਜ਼ਿੰਦਗੀ ਨਹੀਂ, ਹੋਰ ਵੀ ਬਹੁਤ ਜਾਣਿਆਂ ਦੀ ਜ਼ਿੰਦਗੀ ਜੁੜੀ ਹੁੰਦੀ ਹੈ। ਜਿੱਦਾਂ ਹਰਜਿੰਦਰ ਕੌਰ ਆਪਣੇ ਪਿੱਛੇ ਆਪਣੇ 2 ਪੁੱਤ ਛੱਡ ਗਈ ਹੈ, ਹੁਣ ਉਹਨਾਂ ਪੁੱਤਾਂ ਦਾ ਧਿਆਨ ਕਿਹੜੀ ਮਾਂ ਵਾਕਿਆ ਹੀ ਮਾਂ ਬਣ ਕੇ ਰੱਖ ਸਕੂਗੀ, ਰੱਖੇਗੀ ਜਾਂ ਨਹੀਂ ਰੱਖੇਗੀ, ਇਹ ਸਵਾਲ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਕੋਈ ਵੀ ਅਜਿਹਾ ਕਦਮ ਚੱਕਣ ਤੋਂ ਪਹਿਲਾਂ ਆਉਣਾ ਚਾਹੀਦਾ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਲੋਹੀਆਂ ਤੋਂ ਗੁਰਬਾਣੀ ਅਖੰਡ ਬਾਣੀ ਵਾਸਤੇ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।